ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਕੌੜੀਵਾੜਾ ਵਿਖੇ, ਜਿੱਥੇ ਸ਼੍ਰੀ ਗੁਰਦੁਆਰਾ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਅਪਮਾਨਜਨਕ ਤਸਵੀਰਾਂ ਜੋ ਕਿ ਸੋਸ਼ਲ ਮੀਡੀਆ 'ਤੇ ਫੈਲਾਈਆਂ ਜਾ ਰਹੀਆਂ ਹਨ, ਉਸ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਆਓ ਦੇਖਦੇ ਹਾਂ ਅੱਜ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਬਲਦੇਵ ਸਿੰਘ, ਗ੍ਰੰਥੀ ਪਿੰਡ ਕੌੜੀਵਾੜਾ। ਜੋ ਕੁਝ ਆ ਪਿਛਲੇ ਦਿਨਾਂ ਦੇ ਵਿੱਚ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਗੁਰੂ ਸਾਹਿਬ ਦੀ ਬੇਅਬਦੀ ਜੋ ਹੋ ਰਹੀ ਹੈ, ਇਹ ਜੋ ਬਹੁਤ ਮੰਦਭਾਗੀ ਘਟਨਾ ਸਿੱਖਾਂ ਦੇ ਹਿਰਦਿਆਂ ਵਾਸਤੇ ਹੈ, ਇੱਕ ਜੋ ਸਿੱਖਾਂ ਦੇ ਹਿਰਦੇ ਜਿਹੜੇ ਵਲੂੰਦਰੇ ਗਏ ਹਨ, ਉਸ ਵਾਸਤੇ ਸਾਰੀ ਸੰਗਤ ਵੱਲੋਂ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਇਹਨਾਂ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਭਾਲ ਕਰਕੇ ਔਰ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਪ੍ਰੀਤ ਕੌਰ ਖਾਲਸਾ, ਮੈਂ ਸਰਕਾਰ ਅੱਗੇ ਬੇਨਤੀ ਕਰਦੀ ਹਾਂ ਕਿ ਸਰਕਾਰ ਨੂੰ ਜੋ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਦੀਆਂ ਤਸਵੀਰਾਂ ਨਾਲ ਛੇੜਛਾੜ ਕੀਤੀ ਗਈ ਹੈ, ਉਹ ਦੋਸ਼ੀਆਂ ਨੂੰ ਫੜਿਆ ਜਾਵੇ। ਕੁਛ ਟਾਈਮ ਪਹਿਲਾਂ ਵੀ ਜੋ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕੀਤੀ ਗਈ ਹੈ, ਉਹਨਾਂ ਦੋਸ਼ੀਆਂ ਨੂੰ ਵੀ ਅੱਜ ਤੱਕ ਨਹੀਂ ਫੜਿਆ ਗਿਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਪਿੱਛੇ ਘਟਨਾ ਹੋ ਰਹੀਆਂ ਬੇਦਬੀ ਦੀਆਂ, ਚਾਹੇ ਗੁਰੂ ਸਾਹਿਬ ਦੀਆਂ ਤਸਵੀਰਾਂ ਗਲਤ ਸੋਸ਼ਲ ਮੀਡੀਆ ਰਾਹੀਂ ਆ ਰਹੀਆਂ, ਇਹ ਮਤਲਬ ਇਹਨਾਂ ਨੂੰ ਨੱਥ ਪੈਣੀ ਚਾਹੀਦੀ ਹੈ। ਮਤਲਬ ਕੋਈ ਵੀ ਮਬੂਲੀ ਲੀਡਰ ਹੁੰਦਾ, ਉਹਦੀ ਕੋਈ ਗਲਤ ਫੋਟੋ ਆ ਜਾਵੇ ਤਾਂ ਉਦੋਂ ਜਾਂਚ ਲੱਗ ਜਾਂਦੀ ਹੈ। ਇਹ ਗੁਰੂ ਸਾਹਿਬ ਐਡਾ ਵੱਡਾ ਗੁਰੂ ਹੈ, ਸਾਰੀ ਦੁਨੀਆਂ ਦਾ ਗੁਰੂ ਹੈ, ਮਤਲਬ ਇਹ ਬਹੁਤ ਮੰਡ ਭਗਣਾ, ਇਹ ਗਲਤ ਗੱਲਾਂ ਹੋ ਰਹੀਆਂ। ਇਹ ਸਰਕਾਰਾਂ ਸਾਰੀਆਂ ਨੂੰ ਸੋਚਣਾ ਚਾਹੀਦਾ ਵੀ ਕੀ ਹੋ ਰਿਹਾ, ਇਹ ਬੰਦਿਆਂ ਨੂੰ ਨੱਥ ਪਾਉਣੀ ਚਾਹੀਦੀ ਹੈ ਅਤੇ ਇਹ ਸਿੱਖ ਕੌਮ ਇਹ ਕੁਰਬਾਨੀਆਂ ਦੇਣ ਵਾਸਤੇ ਤਿਆਰ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਵਿਜੇ ਕੁਮਾਰ, ਨੰਬਰਦਾਰ, ਪਿੰਡ ਕੌੜੀਵਾੜਾ। ਸੋਸ਼ਲ ਮੀਡੀਆ 'ਤੇ ਜੋ ਦੇਖਿਆ ਗਿਆ ਕਿ ਗੁਰੂ ਸਾਹਿਬ ਦੀਆਂ ਤਸਵੀਰਾਂ ਨਾਲ ਛੇੜਛਾੜ ਕੀਤੀ ਹੈ, ਇਹ ਮੰਦਭਾਗੀ ਘਟਨਾ ਹੈ, ਬਹੁਤ ਹੀ ਨਿੰਦਣਯੋਗ ਹੈ, ਜਿਸ ਦਾ ਅਸਰ ਸਿੱਖ ਕੌਮ 'ਤੇ ਇੰਨਾ ਕੁ ਜ਼ਿਆਦਾ ਪੈ ਸਕਦਾ ਹੈ ਜੇਕਰ ਮੌਕਾ ਨਾ ਸੰਭਾਲਿਆ ਗਿਆ ਤਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਹੁਣ ਫੋਟੋਆਂ ਨਾਲ ਛੇੜਛਾੜ ਹੋਈ, ਇਸ ਤਰ੍ਹਾਂ ਸ਼ਰਾਰਤੀ ਅਨਸਰਾਂ ਨੂੰ ਹੋਰ ਵੀ ਸ਼ਹਿ ਮਿਲਦੀ ਹੈ। ਜੇਕਰ ਇਹਨਾਂ ਨੂੰ ਮੌਕਾ ਰਹਿੰਦੇ ਹੋਏ, ਸਮਾਂ ਰਹਿੰਦੇ ਹੋਏ ਇਹਨਾਂ ਨੂੰ ਜੇ ਨੱਥ ਨਾ ਪਾਈ ਗਈ ਤਾਂ ਇੱਕ ਬਹੁਤ ਵੱਡੀ ਘਟਨਾ ਦਾ ਰੂਪ ਬਣ ਸਕਦਾ ਹੈ, ਜਿਸ ਦਾ ਅਸਰ ਸਿੱਖ ਪੰਥ 'ਤੇ, ਸਿੱਖ ਕੌਮ 'ਤੇ ਅਤੇ ਸਾਰੇ ਸਮੁੱਚੇ ਸਮਾਜ 'ਤੇ, ਵਿਸ਼ਵ 'ਤੇ ਇਸ ਚੀਜ਼ ਦਾ ਅਸਰ ਬੁਰਾ ਪੈ ਸਕਦਾ। ਜਿਸ ਬੁਰੇ ਅਸਰ ਨੂੰ ਧਿਆਨ 'ਚ ਰੱਖ ਕੇ ਸਰਕਾਰ ਨੂੰ ਚਾਹੀਦਾ ਕਿ ਦੋਸ਼ੀਆਂ ਨੂੰ ਫੜ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਸਾਡੀ ਮੰਗ ਹੈ ਕਿ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਕੌੜੀਵਾੜਾ ਤੋਂ ਸੁਖਵਿੰਦਰ ਨਿੱਕੂ ਦੀ ਰਿਪੋਰਟ, ਪੇਂਡੂ ਲਾਈਵ ਨਿਊਜ਼, ਸਰਦੂਲਗੜ੍ਹ।